ਤੇ ਨਾਲ ਦੀ ਨਾਲ ਇਹਦੀ ਜਿਹੜੀ ਆ ਪ੍ਰੋਮੋਸ਼ਨ ਜਿਹੜੀ ਆ ਕਹਿੰਦੇ ਨਾ ਵੀ ਜੁੱਤੀਆਂ ਵਾਲੀ ਪ੍ਰੋਮੋਸ਼ਨ ਆ ਉਹ ਤਿਆਰੀ 'ਚ ਆ ਫੁੱਲ ਫੁੱਲ ਬੜਾ ਫੁੱਲ ਆਹ ਤੁਸੀਂ ਦੇਖ ਸਕਦੇ ਹੋ ਕਿਵੇਂ ਟਰੱਕਾਂ ਵਾਲੇ ਵੀਰ ਲਗਾਤਾਰ ਜਿਹੜੀ ਆ ਉਹ ਰੈਲੀ ਜਿਹੜੀ ਆ ਉਹ ਕਰ ਰਹੇ ਨੇ ਐਨਆਰਜੀ ਸਟੇਡੀਅਮ ਦੇ ਬਾਹਰ ਆ ਪੁਲਿਸ ਵੀ ਆ ਗਈ ਆ ਮੋਦੀ ਭਗਤਾਂ ਨਾਲ ਪੁਲਿਸ ਨੂੰ ਵੀ ਕਾਲ ਕਰਤੀ ਆ ਵੀ ਇਹ ਕਿੱਥੋਂ ਆ ਗਏ ਆ ਤੇ ਚਲੋ ਜੋ ਪੁਲਿਸ ਜੋ ਪ੍ਰਸ਼ਾਸਨ ਦਾ ਕੰਮ ਹੁੰਦਾ ਉਹ ਬਿਲਕੁਲ ਆਪਣਾ ਕਰਦੇ ਨੇ ਉਹ ਟ੍ਰੈਫਿਕ ਨੂੰ ਜਾਮ ਜਿਹੜਾ ਇਹ ਬਿਲਕੁਲ ਨਹੀਂ ਕਰਦੇ ਬੜਾ ਡੈਮੋਕ੍ਰੇਟਿਕ ਤਰੀਕੇ ਦੇ ਨਾਲ ਠੰਡੇ ਠੰਡੇ ਜਿਹੜਾ ਇਸ ਰੈਲੀ ਨੂੰ ਵੀ ਕਿਸੇ ਵੀ ਲੰਘਣ ਵਾਲੇ ਵੀਰ ਨੂੰ ਕੋਈ ਇਸ਼ੂ ਨਾ ਹੋਵੇ ਤੇ ਬਹੁਤ ਵਧੀਆ ਤਰੀਕੇ ਨਾਲ ਸੁਚੱਜੇ ਢੰਗ ਦੇ ਨਾਲ ਸਾਰੇ ਸ਼ਹਿਰ ਦੇ ਵਿੱਚ ਇਹ ਟਰੱਕਾਂ ਵਾਲੇ ਵੀਰ ਜਿਹੜੇ ਆ ਇਹ ਰੈਲੀ ਕਰ ਰਹੇ ਨੇ ਲੋਕੀ ਜਿਹੜੇ ਆ ਉਹ ਮੂਵੀਆਂ ਬਣਾਉਂਦੇ ਨੇ ਨਾਲ ਦੀ ਨਾਲ ਗੁੱਡ ਜੋਬ ਦਾ ਜਿਹੜਾ ਹੰਗਾਰਾ ਵੀ ਭਰ ਕੇ ਜਾ ਰਹੇ ਨੇ ਤੇ ਹੁਣੇ ਹੁਣੇ ਇੱਕ ਵੀਰ ਲੰਘਿਆ ਖਾਲਸਾ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਬੇਨਤੀ ਆ ਵੀ ਦੇਖੋ ਕਿਵੇਂ ਸਿੱਖ ਕੌਮ ਦੇ ਯੋਧੇ ਵੀਰ ਟਰੱਕ ਡਰਾਈਵਰ ਅਮਰੀਕਾ ਦੇ ਵਿੱਚ ਅਮਰੀਕਾ ਦੀ ਧਰਤੀ ਦੇ ਉੱਤੇ ਹਿਊਸਟਨ ਐਨਆਰਜੀ ਸਟੇਡੀਅਮ ਪੈਂਦਾ ਜੀ ਇਹ ਟੈਕਸਸ ਦੇ ਵਿੱਚ ਇੱਕ ਸ਼ਹਿਰ ਆ ਹਿਊਸਟਨ ਜਿੱਥੇ ਟਰੱਕਾਂ ਵਾਲੇ ਵੀਰਾਂ ਨੇ ਜਿਹੜੀ ਆ ਮੋਦੀ ਦੇ ਖਿਲਾਫ ਇੱਕ ਰੈਲੀ ਰੱਖੀ ਆ ਗੋ ਬੈਕ ਮੋਦੀ ਮੋਦੀ ਇਜ਼ ਰਿਸਪੋਂਸੀਬਲ ਫੋਰ ਮੋਦੀ ਇਜ਼ ਰਿਸਪੋਂਸੀਬਲ ਫੋਰ ਜੈਨੋਸਾਈਡ ਇਨ ਕਸ਼ਮੀਰ ਇਹ ਸਾਈਨ ਤੁਸੀਂ ਦੇਖ ਸਕਦੇ ਹੋ ਅੱਜ ਹਿਊਸਟਨ ਦੀ ਧਰਤੀ ਦੇ ਉੱਤੇ ਦੇਖੋ ਜੀ ਸਿੰਘ ਹੋਰਨ ਖਿੱਚੋ ਹੋਰਨ ਇੱਦਾਂ ਨਹੀਂ ਪਤਾ ਲੱਗਣਾ ਆਹ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਆਪਣੇ ਸਿੰਘ